ਸੋ ਹੇ ਗਾਇਸ ਕੀ ਹਾਲ ਚਾਲ ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ। ਮੈਂ ਮਾੜਾ ਜਿਹਾ ਪਿੰਡ ਆਇਆ ਹੋਇਆ ਸੀਗਾ, ਵਿਆਹ ਸੀ ਇੱਥੇ ਵੱਡੇ ਭਰਾ ਦਾ, ਅਤੇ ਉਸ ਚੱਕਰਾਂ ਦੇ ਵਿੱਚ ਵੀਡੀਓ ਵੂਡੀਓ ਥੋੜ੍ਹੀ ਜਿਹੀਆਂ ਡਰਾਫਟ ਵਾਲੀਆਂ ਪੈ ਰਹੀਆਂ ਨੇ, ਜਿਹੜੀਆਂ ਪੁਰਾਣੀਆਂ ਮੈਂ ਬਣਾਈਆਂ ਹੋਈਆਂ ਸੀਗੀਆਂ, ਅਤੇ ਨਵੀਂ ਕੋਈ ਵੀਡੀਓ ਪੈ ਨਹੀਂ ਰਹੀ ਹੈਗੀ। ਅਤੇ ਦੋ ਚਾਰ ਦਿਨਾਂ ਦੇ ਵਿੱਚ ਅੱਜ ਮੈਂ ਆ ਜਾਣਾ। ਮਾਫ਼ ਕਰਿਓ, ਅੱਜ ਕਰਨ ਦਾ ਗਾਣਾ ਨਾ ਸੁਣ ਹੋਇਆ, ਨਾ ਰਿਐਕਟ ਕਰ ਹੋਇਆ, ਨਾ ਪ੍ਰੇਮ ਢਿੱਲੋਂ ਬਾਈ ਦੀ ਐਲਬਮ ਸੁਣ ਹੋਈ, ਨਾ ਰਿਐਕਟ ਕਰ ਹੋਈ, ਨਾ ਰਿਵਿਊ ਕਰ ਹੋਇਆ ਕੋਈ ਵੀ। ਅਤੇ ਵਰਿੰਦਰ ਬਾਈ ਦਾ ਵੀ ਗਾਣਾ ਕੱਲ੍ਹ ਆ ਜਾਣਾ, ਦਿਲਪ੍ਰ ਢਿੱਲੋਂ ਬਾਈ ਦੀ ਵੀ ਐਲਬਮ ਆ ਰਹੀ ਆ। ਮੁਬਾਰਕਾਂ ਨੇ ਸਾਰਿਆਂ ਨੂੰ ਪਹਿਲਾਂ ਤਾਂ ਨਵੇਂ ਨਵੇਂ ਗਾਣਿਆਂ ਦੀ, ਅਤੇ ਤੁਸੀਂ ਵੀ ਖੁਸ਼ ਹੀ ਹੋਵੋਗੇ, ਤੁਹਾਡੇ ਪਸੰਦੀਦਾ ਕਲਾਕਾਰ ਦੇ ਗਾਣੇ ਆ ਰਹੇ। ਅਤੇ ਮੈਂ ਸੁਣਿਆ ਕਿ ਸਿੱਧੂ ਦਾ ਗਾਣਾ ਵੀ ਜਨਵਰੀ 'ਚ ਕਹਿ ਰਹੇ ਹਾਂ ਸ਼ਾਇਦ ਨਿਊ ਈਅਰ 'ਤੇ ਰਿਲੀਜ਼ ਹੋਊਗਾ, ਮਾਈ ਨੇਮ ਆਈ ਥਿੰਕ, ਅਤੇ ਉਹਦੀ ਵੀ ਵੇਟ ਆ। ਬਾਕੀ ਕਰਨ ਨੇ ਕੁਛ ਅਨਾਊਂਸਮੈਂਟ ਕੀਤੀ ਆ, ਦੇਖੋ ਤੁਹਾਡੇ ਸਾਰਿਆਂ ਲਈ। ਅੱਛਾ ਮੈਨੂੰ ਇੱਕ ਗੱਲ ਦੱਸੋ, ਮੈਂ ਆਪਣੇ ਜਨਮ ਦਿਨ 'ਤੇ ਸੋਚਦਾ ਵੀ ਈ ਪੀ ਡਰੋਪ ਕੀਤੀ ਜਾਵੇ ਜਾਂ ਫਿਰ ਐਲਬਮ ਡਰੋਪ ਕੀਤੀ ਜਾਵੇ। ਆਈ ਡੋਂਟ ਨੋ ਯਾਰ, ਮੈਂ ਸੌਂਗਸ ਹਲੇ ਪਿੱਕ ਨਹੀਂ ਕਰ ਪਾ ਰਿਹਾ, ਹਲੇ ਵੀ ਬਣਾ ਰਿਹਾ, ਪਰ ਫਿਰ ਮੈਂ ਛੇਤੀ ਛੇਤੀ ਅਨਾਊਂਸ ਨਹੀਂ ਕਰਦਾ ਨਾ, ਫਿਰ ਤੁਸੀਂ ਕਹਿੰਦੇ ਹੋ ਵੀ ਛੇਤੀ ਅਨਾਊਂਸ ਕਰ ਦਿੰਦੇ ਆ, ਵੀ ਦੱਸ ਨਹੀਂ ਰਹੇ ਵੀ ਫਿਰ ਤੁਸੀਂ ਛੱਡਦੇ ਨਹੀਂ। ਹੁਣ ਯਾਰ ਘੈਂਟ ਚੀਜ਼ ਆ, ਤੇ ਟਾਈਮ ਤਾਂ ਲੱਗੂਗਾ ਜੀ। ਈ ਪੀ ਰੈਡੀ ਕਰ ਦਈਏ ਫਿਰ ਜੱਟੋ, ਦੱਸੋ ਮੇਰਾ ਵੀਰ, ਚੱਕਮੀ ਕਰੀਏ ਥੋੜ੍ਹੀ ਜਿਹੀ, ਲਵੀ ਡਵੀ ਕਰਨੀ ਚਾਹੀਦੀ ਹੈ ਕਿ ਥੋੜ੍ਹਾ ਜਿਹਾ ਸੈਡ ਸੂਡ ਭਾਲਦੇ ਹੋ ਕਿ ਥੋੜ੍ਹਾ ਜਿਹਾ ਦੇਸੀ ਭਾਲਦੇ ਹੋ, ਕੀ ਭਾਲਦੇ ਹੋ ਮੈਨੂੰ ਮਾੜਾ ਜਿਹਾ ਖੁੱਲ੍ਹ ਕੇ ਦੱਸੋ। ਕਿਰਾ ਇੱਕ ਟਰੈਕ ਕਿਆ ਬਾਤ ਹੈ ਵਰਗਾ ਜੱਸੀ ਗਿੱਲ ਵੀਰੇ ਲੱਗਿਆ ਹੋਇਆ, ਸਮਰ 'ਚ ਡਰੋਪ ਕਰੂੰਗਾ ਰੋਮੈਂਟਿਕ ਜੀ ਪੀ। ਪੇਸ਼ੈਂਸ, ਟਾਈਮ ਦੇ ਨਾਲ ਹੀ ਸਾਰਾ ਕੁਛ ਹੁੰਦਾ। ਠੀਕ ਹੈ, ਹੁਣ ਸਾਰੇ ਤੁਸੀਂ ਅਨਾਊਂਸਮੈਂਟ ਸੁਣ ਲਈ। ਅਨਾਊਂਸਮੈਂਟ ਵਿੱਚ ਕੀ ਹੈ ਕਿ ਮੇਨ ਮੇਰੇ 18 ਜਨਵਰੀ ਨੂੰ ਬਰਥਡੇ ਆ, ਅਤੇ ਉਹਦੇ ਉੱਤੇ ਮੇਰੀ ਆਊਗੀ, ਅਤੇ ਨਾਲੇ ਕਰਨ ਨਾਲੇ ਵੀ ਦੱਸ ਰਹੇ ਕਹਿੰਦਾ ਈ ਪੀ ਆਊਗੀ, ਨੋਟ ਇੱਕ ਤਰੀਕੇ ਨਾਲ ਅਨਾਊਂਸ ਕਰ ਹੀ ਦਿੱਤੀ ਹੈ ਈ ਪੀ ਅਤੇ ਐਲਬਮ ਵਿੱਚੋਂ। ਠੀਕ ਹੈ, ਪਹਿਲਾਂ ਖੈਰ ਪੁੱਛ ਰਿਹਾ ਸੀਗਾ, ਬਟ ਪਤਾ ਹੀ ਹੈ ਯਾਰ ਕਿਹਨੇ ਨਾ ਕਰਨੀ ਹੈ, ਹੈ ਨਾ। ਸੋ ਉਸ ਚੀਜ਼ ਦੇ ਬਾਰੇ ਗੱਲ ਆ। ਮੌਕੀ ਆ ਪਿੱਛੇ ਬਾਬਾ ਜੀ ਦੀ ਫੋਟੋ, ਠੀਕ ਹੈ ਜੀ, ਅਤੇ ਉਹ ਮਤਲਬ ਕਰ ਇੱਕ ਤਰੀਕੇ ਨਾਲ ਨਾ ਕਰਨ ਬੜਾ ਤਗੜਾ ਉਹ ਕਹਿ ਸਕਦੇ ਹਾਂ ਕਿ ਪ੍ਰਮੋਸ਼ਨ ਬਹੁਤ ਤਗੜੇ ਤਰੀਕੇ ਨਾਲ ਕਰਦਾ ਆ। ਇੱਕ ਸਕੀਮ ਇੱਕ ਸਿੰਗਰ ਨੇ ਹਰ ਤਰੀਕੇ ਦੀ ਇੱਕ ਬਣਾਈ ਹੁੰਦੀ ਆ ਕਿ ਮੈਂ ਇਸ ਟਾਈਮ ਆਹ ਕਰਨਾ, ਇਸ ਟਾਈਮ ਆਹ ਕਰਨਾ ਆ, ਅਤੇ ਬਟ ਫਿਰ ਵੀ ਤਰੀਕੇ ਨਾਲ ਬੜੇ ਨਾਲ ਦੱਸ ਦਿੰਦਾ ਸਬਸਕ੍ਰਿਪਸ਼ਨ ਵਾਲੇ ਉਹਦੇ 'ਤੇ। ਅਤੇ 18 ਜਨਵਰੀ ਹੁਣ ਕਰਨ ਨੇ ਆਪਣਾ ਬਰਥ ਡੇਟ ਨਹੀਂ ਦੱਸੀ, ਠੀਕ ਆ, ਉਹਦੇ ਵਿੱਚ ਸਿੱਧਾ ਪੁੱਛਿਆ ਕਿ ਦੱਸਿਆ ਕਿ ਇੱਦਨ ਮੇਰਾ ਜਿੱਦਨ ਮੇਰਾ ਜਨਮਦਿਨ ਉੱਦਨ ਕਰ ਲਈਏ। ਹੁਣ ਉਹਦੇ ਨਾਲ ਕੀ ਹੁੰਦਾ, ਸਰਚ ਵੱਧਦੀ ਆ, ਬੜੇ ਤਰੀਕੇ ਨਾਲ ਕਰਨ ਪ੍ਰਮੋਸ਼ਨ ਕਰਦਾ ਆ ਆਪਣੀ ਚੀਜ਼ਾਂ ਦੀ। ਬੜਾ ਵਧੀਆ ਲੱਗਦਾ ਮੈਨੂੰ, ਕਲੋਥਿੰਗ ਬ੍ਰਾਂਡ ਦੀ ਵੀ ਬੜੇ ਸੋਹਣੇ ਤਰੀਕੇ ਨਾਲ ਪ੍ਰਮੋਸ਼ਨ ਕੀਤੀ ਸੀਗੀ, ਅਤੇ ਹੋਰ ਚੀਜ਼ਾਂ ਦੀ ਵੀ। ਬਾਕੀ ਆਲੇ ਦੁਆਲੇ ਤੋਂ ਡੀ ਜੇ ਦੀ ਮਾੜੀ ਮੋਟੀ ਆਵਾਜ਼ ਸ਼ਾਇਦ ਆਉਂਦੀ ਹੋਵੇ, ਉਹਦੇ ਲਈ ਮਾਫ਼ ਕਰਿਓ, ਖੇਦ ਹੈ ਰੁਕਾਵਟ ਕੇ ਲਈ। ਅਤੇ ਬਾਕੀ ਆਪਾਂ ਛੇਤੀ ਕਰਾਂਗੇ ਮਤਲਬ ਪੂਰਾ ਹਿਸਾਬ ਕਿਤਾਬ, ਟੈਨਸ਼ਨ ਨਾਲ। ਦੋ ਕੁ ਦਿਨ ਦੀ ਗੱਲ ਆ, ਮੈਕਸੀਮਮ ਦੋ ਕੁ ਦਿਨ ਦੀ ਗੱਲ ਆ। ਆਪਾਂ ਘਰੇ ਚੱਲ ਜਾਣਾ, ਥੱਕੇ ਪਏ ਹਾਂ, ਹੁਣੇ ਹੀ ਆਏ ਹਾਂ ਬਸ, ਵੀਰੇ ਦੇ ਭਾਬੇ ਨੂੰ ਲੈ ਕੇ ਹੁਣੇ ਆਏ, ਅਤੇ ਬਸ ਇੰਨੀ ਕੁ ਗੱਲ ਆ। ਮੈਂ ਕਿਹਾ ਜ਼ਰੂਰ ਸਾਂਝੀ ਕਰਦੀ ਹੈ ਸਾਰਿਆਂ ਨਾਲ। ਅਤੇ ਰੋਸਟ ਵਾਲੇ ਚੈਨਲ 'ਤੇ ਵੀ ਕੁਛ ਨਹੀਂ ਪੈ ਰਿਹਾ, ਰੋਸਟ ਵਾਲੇ ਚੈਨਲ ਨੂੰ ਵੀ ਜਾ ਕੇ ਸਾਰੇ ਜਣੇ ਇੱਕ ਵਾਰ ਸਬਸਕ੍ਰਾਈਬ ਕਰੋ। ਮੈਂ ਲਿੰਕ ਪਾ ਦਿੰਦਾ ਕਮੈਂਟ ਵਿੱਚ ਵੀ, ਅਤੇ ਕਮੈਂਟ ਪਿੰਨ ਕਰ ਦੂੰਗਾ ਡਿਸਕ੍ਰਿਪਸ਼ਨ ਵਿੱਚ, ਉਹਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਦਿਓ, ਅਤੇ ਰੋਸਟ ਆਪਾਂ ਕਰਦੇ ਰਹਿਣੇ, ਚੈੱਕਰ ਕੋਈ ਨਹੀਂ। ਸਤਿ ਸ਼੍ਰੀ ਅਕਾਲ।